ਸਭ ਤੋਂ ਪਹਿਲਾਂ ਜੀ ਜਿਹੜੀ ਵਪਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਸਭ ਦੇਖੋ ਲੁਧਿਆਣੇ ਦੀਆਂ ਪਿਛਲੇ ਸਮੇਂ ਦੀਆਂ ਹੀ ਕਾਫੀ ਦੇਰ ਦੀਆਂ ਕਈ ਪ੍ਰੋਬਲਮਾਂ ਨੇ ਜੋ ਮੈਂ ਆਪਣਾ ਵਿਜ਼ਨ ਲੈ ਕੇ ਚੱਲਿਆ ਵਾਂ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਨੂੰ ਇਹ ਦੱਸਣ ਲੱਗਿਆ ਵੀ ਲੁਧਿਆਣੇ ਦਾ ਅਗਰ ਤੁਸੀਂ ਮੈਨੂੰ ਸੇਵਾਦਾਰ ਬਣਾਓਗੇ ਤਾਂ ਮੈਂ ਆਪਣੇ ਲੁਧਿਆਣੇ ਦੇ ਲੋਕਾਂ ਦਾ ਲੋਕ ਸਭਾ ਦੇ ਵਿੱਚ ਜਾ ਕੇ ਕਿਹੜਾ ਮੁੱਦਾ ਕਿਹੜਾ ਹੱਲ ਕਰਕੇ ਆਉਣਾ ਅੱਜ ਮੈਂ ਉਸ ਗੱਲਾਂ ਦੇ ਵਿੱਚ ਲੋਕਾਂ ਨੂੰ ਦੱਸਦਾ ਫਿਰਦਾ ਇਹ ਜ਼ਰੂਰੀ ਆ ਲੁਧਿਆਣੇ ਦੇ ਮੁੱਦਿਆਂ ਨੂੰ ਕਿਸੇ ਨੇ ਲੋਕ ਸਭਾ 'ਚ ਅੱਜ ਤੱਕ ਚੱਕਿਆ ਨਹੀਂ ਗਾ ਜਿੰਨੇ ਮੈਂਬਰ ਗਏ ਆ ਸੁੱਚੇ ਮੂੰਹ ਗਏ ਆ ਸੁੱਚੇ ਮੂੰਹ ਹੀ ਵਾਪਸ ਆ ਗਏ ਕਦੇ ਉਹਨਾਂ ਨੇ ਲੁਧਿਆਣੇ ਨੂੰ ਉੱਥੇ ਆਪਣੇ ਲੋਕ ਸਭਾ 'ਚ ਆਵਾਜ਼ ਨਹੀਂ ਉਠਾਈ ਮੈਂ ਅੱਜ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਜਿਸ ਦਿਨ ਮੈਨੂੰ ਲੁਧਿਆਣਾ ਵਾਸੀਆਂ ਨੇ ਆਸ਼ੀਰਵਾਦ ਦੇ ਕੇ ਭੇਜਿਆ ਤਾਂ ਸਭ ਨਾਲ ਪਹਿਲਾਂ ਲੁਧਿਆਣੇ ਦੀ ਆਵਾਜ਼ ਉਠਾਊਂਗਾ ਉੱਥੇ ਆ ਰਹੇ ਆ ਸਗੋਂ ਮੇਰੇ ਸੈਂਟਰ ਹਲਕੇ ਦੇ ਵਿੱਚ ਆ ਰਹੇ ਆ ਬਹੁਤ ਲੋਕਾਂ ਨੂੰ ਸਾਹ ਵਾ ਲੋਕ ਦੂਰੋਂ ਦੂਰੋਂ ਵੀ ਚੱਲ ਕੇ ਆ ਰਹੇ ਆ ਸਾਰਿਆਂ ਨੂੰ ਚਾਅ ਚੜਿਆ ਹੋਇਆ ਅੱਜ ਉਸ ਕੰਮ ਦਾ ਆਪੇ ਰੋਗ ਲਾਉਣੇ ਆਪੇ ਦਵਾਵਾਂ ਦੇ ਦਿੰਦੇ ਫਿਰਦੇ ਆ ਇਹਨਾਂ ਲੋਕਾਂ ਨੇ ਕੇਂਦਰ ਦਾ ਵਿੱਚ ਬੈਠ ਕੇ ਪੰਜਾਬ ਦੇ ਪ੍ਰਤੀ ਜੇ ਇੰਨੇ ਸੀਰੀਅਸ ਆ ਉਹ ਤਾਂ ਸਾਡਾ 8,000 ਕਰੋੜ ਰੁਪਈਆ ਜਿਹੜਾ ਰੱਖਿਆ ਹੋਇਆ ਉਹੀ ਦੇ ਦੇਣ ਸਾਨੂੰ ਅਸੀਂ ਆਪਣੇ ਆਪ ਜੇ ਕੋਈ ਮੁੰਡਾ ਨਸ਼ਾ ਕਰਦਾ ਬੱਚਾ ਅਸੀਂ ਹਸਪਤਾਲ ਬਣਾਈਏ ਕੋਈ ਆਪਣੇ ਸ਼ਹਿਰਾਂ ਦੇ ਵਿੱਚ ਵੱਡੇ ਇਹ ਰੋਗ ਲਾ ਕੇ ਆਪੇ ਦਵਾਵਾਂ ਨਹੀਂ ਦੇਣੇ ਚਲੋ ਹੁਣ ਇਹ ਤਾਂ ਮੈਨੂੰ ਨਾ ਪੰਜਾਬੀ ਦੀ ਕਹਾਵਤ ਆ ਨਾ ਉਹਨਾਂ ਦੀ ਸਰਕਾਰ ਆਉਣੀ ਆ ਹੁਣ ਜੀਰੋ ਦਾ ਉਹਨਾਂ ਦਾ ਇੱਥੇ ਸਕੋਰ ਹੋਣਾ ਵਾ ਲੋਕ ਸਭਾ 'ਚ ਦੇਖੋ ਗੱਲ ਸੁਣੋ ਰਾਜਾ ਵੜਿੰਗ ਨੂੰ ਕਹੋ ਤੂੰ 1 ਤਰੀਕ 5 ਵਜੇ ਤੱਕ ਇੱਥੇ ਆ ਅਸੀਂ ਲੁਧਿਆਣੇ ਵਾਲਿਆਂ ਨੂੰ ਕਾਹਦੇ ਲਈ ਧਮਕਾਵਾਂਗੇ ਸਾਡੇ ਲੁਧਿਆਣੇ ਵਾਲਿਆਂ ਨੇ ਸਾਡੇ ਕੋਲ ਹੀ ਰਹਿਣਾ ਉਹ ਸਾਡੇ ਭਾਈ ਨੇ ਅਸੀਂ ਉਹਨਾਂ ਨੂੰ ਕਾਹਲੀ ਧਮਕਾਉਣਾ ਦੇਖੋ ਸਾਰੇ ਕੰਮ ਕਰਨੇ ਨੇ ਹੁਣ ਅੱਜ ਦਾ ਜਿਹੜਾ ਮੇਨ ਗੱਲ ਆ ਜਿਸ ਦਿਨ ਮੇਰੇ ਉੱਤੇ ਆਸ਼ੀਰਵਾਦ ਹੋਇਆ ਲੁਧਿਆਣੇ ਵਾਲਿਆਂ ਦਾ ਕਿਸੇ ਮੁੱਦੇ ਨੂੰ ਲੁਧਿਆਣੇ ਵਾਲਿਆਂ ਨੂੰ ਦਿੱਕਤ ਨਹੀਂ ਰਹਿਣ ਦੇਣੀ ਇਹ ਮੈਂ ਤੁਹਾਡੇ ਰਾਹੀਂ ਪਹਿਲਾਂ ਕੋਈ ਨਹੀਂ ਉਹ ਵੀ ਪੂਰਾ ਕਰ ਦੇਣਾ ਵਾ ਅਸੀਂ ਕੋਈ ਆਪਣਾ ਵਾਅਦਾ ਸਰਦਾਰ ਭਗਵੰਤ ਸਿੰਘ ਮਾਨ ਆ ਉਸ ਪੰਜਾਬੀਆਂ ਦਾ ਮਾਨ ਆ 3.5 ਕਰੋੜ ਲੋਕਾਂ ਦਾ ਇੱਕ ਵੀ ਮੁੱਦਾ ਨਹੀਂ ਰਹਿਣ ਦੇਣਾ ਜਦੋਂ ਇਲੈਕਸ਼ਨ ਆਉਣੇ ਆ ਇਹਨਾਂ ਨੇ ਸੋਚਣਾ ਵਾ ਵੀ ਅਸੀਂ ਕਿਹੜੇ ਮੁੱਦੇ ਨੂੰ ਲੈ ਕੇ ਗੱਲ ਕਰੀਏ ਕੋਈ ਨਹੀਂ ਸਮਾਂ ਤਾਂ ਹੁਣ ਲੰਘੀ ਜਾਂਦਾ ਹੁੰਦਾ ਪਰ ਲੋਕਾਂ ਨੂੰ ਇਸ ਗੱਲ ਦੀ ਉਡੀਕ ਆ ਜ਼ਰੂਰ ਦੇਖੋ ਗੱਲ ਸੁਣੋ ਇਹ ਹੁਣ ਅਸੀਂ ਵੀ ਆਪਣੇ ਤੌਰ 'ਤੇ ਪਾਰਟੀ ਲੈਵਲ ਦਾ ਕੰਮ ਆ ਜੇ ਕੋਈ ਉਹ ਮੈਨੂੰ ਲੱਗਦਾ ਫੇਕ ਵੀ ਅੱਜ ਕੱਲ੍ਹ ਬਣ ਜਾਂਦੀਆਂ ਨੇ ਚੀਜ਼ਾਂ ਇਹ ਮਜੀਠੀਏ ਨੂੰ ਕਹੋ ਉਹਦੀਆਂ ਆਪਣੀਆਂ ਬਥੇਰੀਆਂ ਬਣੀਆਂ ਹੋਈਆਂ ਫੇਕ ਚੀਜ਼ਾਂ ਦੇ ਉੱਤੇ ਇੰਨਾ ਨਹੀਂ ਕਰੀਦਾ ਉਹ ਤਾਂ ਦਿਨ ਰਾਤ ਮਿਹਨਤ ਕਰ ਰਹੀ ਆ ਉਹ ਮੇਰੇ ਨਾਲ ਕੱਲ੍ਹ ਹੀ ਉਹਨੇ 100 ਦਾ ਬੰਦਾ ਸ਼ਾਮਿਲ ਕਰਾਇਆ ਵਾ ਜਿਹੜਾ ਬੰਦਾ ਦੂਜੀ ਪਾਰਟੀਆਂ 'ਚੋਂ 100-100 ਬੰਦਾ ਲਿਆ ਕੇ ਹਰ ਰੋਜ਼ ਸ਼ਾਮਿਲ ਕਰਾਵੇ ਉਹ ਮੇਰੀ ਕਿਵੇਂ ਮੁਖਾਲਫਤ ਕਰ ਸਕਦਾ ਜਾਂ ਪਾਰਟੀ ਦੇ ਪ੍ਰਤੀ ਕਿਵੇਂ ਗਲਤ ਸੋਚ ਸਕਦਾ ਇਹ ਐਵੇਂ ਫੇਕ ਚੀਜ਼ਾਂ ਬਣਾ ਕੇ
ਅੱਜ ਕੱਲ੍ਹ ਜਿਹਦੀ ਮਰਜ਼ੀ ਆਵਾਜ਼ ਜਿੱਥੇ ਮਰਜ਼ੀ ਫਿੱਟ ਕਰ ਲਓ। ਨਹੀਂ ਮੈਂ ਨਹੀਂ ਹੁਕਮ, ਮੇਰੇ ਕੋਲ ਹੁਕਮ ਕੀ ਆ, ਉਹ ਮੇਰੇ ਬਰਾਬਰ ਦੀ MLA ਆ, ਪਾਰਟੀ ਦਾ ਕੰਮ ਹੈ ਇਹ, ਪਾਰਟੀ ਆਪਣੇ ਆਪ ਕਰੂਗੀ।